पेवकड़ा कर लाडली माऊ पियू खरी प्यारी। पेवकड़ा कर लाडली माऊ पियू खरी प्यारी। विच पिरावां भैनड़ी नानक दादक सब परवारी। लख खर्च व्याही है गहने दाज साज अत पारी। सहुरड़ा कर मनिया सनखत्ती परवार सदारी। जेड़ी लड़की पेके परिवार दे विच लाडली हुंदी है भैन भरावां नूं बहुत प्यार करदे ने, नानके दादके प्यार करदे ने, सारा परिवार जी नूं प्यार करदा। बहुत सारे खर्चे करके दाज वगैरा दे के उन्हूं जदों व्याह्या जांदा। जे ओ सियाणी होवे सहुरड़ा कर मनिया सनखत्ती परिवार सदारी तां ही अगले सहुरे घर जा के ओदी कदर पैंदी है, उत्थे जा के तां ही ओ सुख लै सकदी है। इस करके अपनियां धीआं नूं बहुत वधिया सिक्ख्या देण दी लोड़ है। सिक्ख्या सिक्ख्या च वी बहुत वड्डा फर्क है। अगों तां समझण वाले ते है, उस लड़की ते है कि ओह किन्ना क समझदी है। सब तों पहलों तां माता पिता दी गल है कि माता पिता ओहनूं कैसी सिक्ख्या दिंदे ने। माता पिता दी सिक्ख्या ਇਹ ਹੁੰਦੀ ਹੈ ਜੋ ਆਮ ਤੌਰ ਤੇ ਸਾਡੇ ਪਰਿਵਾਰਾਂ ਵਿੱਚ ਦਿੱਤੀ ਜਾਂਦੀ ਹੈ ਕਿ ਤੂੰ ਸਹੁਰੇ ਘਰ ਜਾ ਕੇ ਤੂੰ ਉਥੋਂ ਤੇਰੀ ਲਾਸ਼ ਹੀ ਵਾਪਸ ਆਉਣੀ ਹੈ, ਜੋ ਤੇਰੇ ਨਾਲ ਕਰਨ ਉਹ ਠੀਕ ਹੀ ਠੀਕ ਹੈ, ਤੂੰ ਉਹਨਾਂ ਦੀ ਹਰ ਗੱਲ ਮੰਨਣੀ ਹੈ, ਪੇਕਿਆਂ ਨੂੰ ਕੁਛ ਨਹੀਂ ਦੱਸਣਾ, ਸਾਰੀਆਂ ਗੱਲਾਂ ਵਿੱਚ ਹੀ ਪੀ ਜਾਣੀਆਂ ਨੇ, ਉਹਨਾਂ ਦਾ ਕਹਿਆ ਮੰਨਣਾ ਆਦਿ ਆਦਿ। ਆਪਣੇ ਥਾਂ ਤੇ ਇਹ ਗੱਲਾਂ ਠੀਕ ਨੇ, ਪਰੰਤੂ ਹਰ ਚੀਜ਼ ਦੀ ਹਰ ਗੱਲ ਦੀ ਇੱਕ ਸੀਮਾ ਹੁੰਦੀ ਹੈ, ਹਰ ਗੱਲ ਮੰਨਣ ਦੀ ਇੱਕ ਸੀਮਾ ਹੈ। ਉਹਨਾਂ ਦੀਆਂ ਗੱਲਾਂ ਕਿੰਨੀਆਂ ਕੁ ਮੰਨੀ ਜਾਣੀਆਂ ਨੇ? ਸਭ ਤੋਂ ਪਹਿਲਾਂ ਤਾਂ ਸਾਡੇ ਬਣਨ ਵਾਲੇ ਜਵਾਈ ਨੂੰ, ਸਾਡੀ ਧੀ ਦੇ ਪਤੀ ਨੂੰ ਅਕਲ ਕਿੰਨੀ? ਕੰਮਧਾਰੀਆਂ ਨੂੰ ਤਾਂ ਹੁਣ ਪਤਾ ਹੀ ਹੈ ਕਿ ਅਸੀਂ ਭਾਂਡੇ ਮਾਂਜ ਕੇ ਸੋਧਦੇ ਕਰਦੇ ਹਾਂ। ਅੱਜ ਸਾਬਣ ਨਾਲ ਸ਼ੁਰੂ ਹੋ ਗਿਆ, ਉਦਣ ਤਾਂ ਪਹਿਲੇ ਸਮੇਂ ਵਿੱਚ ਰੇਤੇ ਨਾਲ ਹੀ ਮਾਂਜੇ ਜਾਂਦੇ ਸੀ। ਪਤੀ ਦੀ ਅਕਲ ਦੀ ਆਪ ਜੀ ਨੂੰ ਗੱਲ ਦੱਸਾਂ ਜਾਂ ਉਹਦੀ ਬੇਅਕਲੀ ਦੀ ਦੱਸਾਂ ਕਿ ਕਿਸੇ ਸਿੱਖ ਦਾ ਵਿਆਹ ਹੋਇਆ, ਉਹ ਵਿਚਾਰਾ ਇੰਨਾ ਭੋਲਾ ਸੀ ਕਿ ਉਹਨੇ ਪਹਿਲੇ ਦਿਨ ਹੀ ਆਪਣੇ ਘਰ ਵਾਲੀ ਨੂੰ ਟਿੱਬਿਆਂ ਦੇ ਵਿੱਚ ਲਿਜਾ ਕੇ ਤੇ ਉਹਨੂੰ ਸਾਰੀ ਨੂੰ ਰੇਤੇ ਨਾਲ ਮਲਿਆ ਮਾਂਜਿਆ। ਅਸੀਂ ਸਮਝਦੇ ਹਾਂ ਕਿ ਸਾਡੇ ਜਵਾਈ ਨੂੰ ਸਾਰੀਆਂ ਹੀ ਅਕਲਾਂ ਹੈਗੀਆਂ। ਇਹ ਇੱਕ ਉਹਦੀ ਗੱਲ ਮੈਂ ਦੱਸ ਰਿਹਾ, ਇਸ ਤਰ੍ਹਾਂ ਦੇ ਨਹੀਂ ਤੇ ਹੋਰ ਬੜੀ ਤਰ੍ਹਾਂ ਦੀਆਂ ਬੇਅਕਲੀਆਂ ਸਾਡੇ ਜਵਾਈ ਜਾਂ ਸਾਡੀ ਧੀ ਦੇ ਪਤੀ ਜੀ ਕਰਦੇ ਨੇ, ਕਿਉਂਕਿ ਮੁੰਡੇ ਦੇ ਮਾਤਾ ਪਿਤਾ ਮੁੰਡੇ ਨੂੰ ਲਾਡਲਾ ਰੱਖ ਕੇ ਪਾਲਿਆ ਹੁੰਦਾ ਹੈ ਤੇ ਉਹਨੂੰ ਅਕਲ ਦੀ ਗੱਲ ਘੱਟ ਹੀ ਦੱਸਦੇ ਨੇ, ਬਹੁਤ ਬਚਾ ਕੇ ਰੱਖਦੇ ਨੇ ਉਹਨੂੰ, ਇਹੋ ਜਿਹੀਆਂ ਗੱਲਾਂ ਤਾਂ ਉੱਕਾ ਹੀ ਨਹੀਂ ਦੱਸਦੇ। ਸ਼ਾਇਦ ਹੀ ਕੋਈ ਮਾਤਾ ਪਿਤਾ ਹੋਣ ਜਿਹੜੇ ਆਪਣੇ ਬੱਚੇ ਨੂੰ ਇਹ ਕਹਿਣ ਕਿ ਤੂੰ ਆਪਣੀ ਪਤਨੀ ਨੂੰ ਕਿਸ ਤਰ੍ਹਾਂ ਵਿਹਾਰ ਕਰਨਾ, ਪਹਿਲੇ ਦਿਨਾਂ 'ਚ ਕਿਹੋ ਜਿਹਾ ਵਿਹਾਰ ਕਰਨਾ, ਕਿਵੇਂ ਖੁਸ਼ ਰੱਖਣਾ, ਸ਼ਾਇਦ ਹੀ ਹੋਏਗਾ ਕੋਈ। ਨਹੀਂ ਤੇ ਬਸ ਮੁੰਡੇ ਦਾ ਵਿਆਹ ਚਾਹ ਤੇ ਵਿਆਹ ਹੁੰਦਿਆਂ ਹੀ ਫਟਾਫਟ ਸਾਨੂੰ ਪੋਤਰਾ ਚਾਹੀਦਾ, ਇੱਥੋਂ ਤੱਕ ਹੀ ਗੱਲ ਸੀਮਤ ਰਹਿੰਦੀ ਹੈ। ਇਧਰੋਂ ਕੁੜੀ ਦੇ ਮਾਤਾ ਪਿਤਾ ਨੇ ਵੀ ਇਹੋ ਹੀ ਸਿਖਾਇਆ ਹੁੰਦਾ ਵੀ ਜੋ ਉਹ ਕਰਨਗੇ ਉਹ ਠੀਕ ਹੀ ਹੈ, ਤੇ ਕੁੜੀ ਨੂੰ ਕੀ ਪਤਾ ਹੁੰਦਾ ਕਿ ਮੇਰੇ ਨਾਲ ਕਿੰਨਾ ਦੁਰਵਿਹਾਰ ਹੋਣਾ। ਇੱਕ ਲੜਕੀ ਨਾਲ ਉਹਦੇ ਪਤੀ ਨੇ ਪਹਿਲੇ ਦਿਨ ਹੀ ਇੰਨਾ ਦੁਰਵਿਹਾਰ ਕੀਤਾ, ਇੰਨਾ ਦੁਰਵਿਹਾਰ ਕੀਤਾ ਕਿ ਉਸ ਲੜਕੀ ਨੂੰ ਕਈ ਦਿਨ ਹਸਪਤਾਲ ਦਾਖਲ ਰਹਿਣਾ ਪਿਆ। ਤੁਸੀਂ ਇੰਨਾ ਹਿਸਾਬ ਲਾ ਸਕਦੇ ਹੋ ਕਿਹੋ ਜਿਹੇ ਮਹਾਂਮੂਰਖ ਸਾਡੇ ਜਵਾਈ ਹੋ ਸਕਦੇ ਨੇ? ਸਾਰੇ ਨਹੀਂ ਹੁੰਦੇ, ਬੜੇ ਲੋਕ ਨੇਕ ਵੀ ਹੁੰਦੇ ਨੇ। ਇਸ ਕਰਕੇ ਆਪਣੀ ਲੜਕੀ ਨੂੰ ਜਿਹੜੀ ਸਿੱਖਿਆ ਦੇਣੀ, ਉਹਦੇ ਨਾਲ ਇਹ ਵੀ ਸਿੱਖਿਆ ਦਿਓ ਕਿ ਹਰ ਚੀਜ਼ ਦੀ ਇੱਕ ਸੀਮਾ ਹੈ, ਉਸ ਤੋਂ ਅੱਗੇ ਫਿਰ ਉਹ ਸੀਮਾ ਤੋਂ ਅੱਗੇ ਜਦੋਂ ਲੰਘ ਜਾਵੇ ਫਿਰ ਨਹੀਂ ਜਰਨਾ, ਇਹ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਕਈ ਕਾਰਨਾਂ ਕਰਕੇ ਬਹੁਤ ਸਾਰੇ ਸਹੁਰੇ ਪਰਿਵਾਰ ਵਾਲੇ ਜਾਂ ਪਤੀ ਜਿਹੜੇ ਨੇ ਉਹ ਆਪਣੀ ਪਤਨੀ ਨੂੰ ਜਦੋਂ ਬੱਚਾ ਹੁੰਦਾ ਉਹਦਾ ਵੱਡਾ ਓਪਰੇਸ਼ਨ ਕਰਵਾ ਦਿੰਦਾ। ਉਹ ਵੱਡਾ ਓਪਰੇਸ਼ਨ ਹੋ ਕੇ ਆਖਰ ਨੂੰ ਏਡਾ ਵੱਡਾ ਬੱਚਾ ਪੇਟ ਪਾੜ ਕੇ ਕੱਢਿਆ, ਗਲਤ ਤਰੀਕੇ ਨਾਲ ਕੱਢਿਆ, ਪੇਟ ਨੂੰ ਫਿਰ ਟਾਂਕੇ ਲੱਗੇ, ਸਾਰੀ ਉਮਰ ਉਹ ਪੇਟ ਠੀਕ ਹੁੰਦਾ ਹੀ ਨਹੀਂ, ਭਾਵੇਂ ਕਿੰਨੇ ਵਧੀਆ ਡਾਕਟਰ ਕਿੰਨੇ ਵਧੀਆ ਹਸਪਤਾਲ ਹੋਣ, ਜੋ ਕੁਦਰਤੀ ਚੀਜ਼ ਬਣੀ ਹੋਈ ਉਹ ਥੋੜਾ ਠੀਕ ਹੁੰਦੀ ਹੈ। ਆਪਾਂ ਨੂੰ ਪਤਾ ਜਿਵੇਂ ਸਾਡੇ ਕੱਪੜੇ ਪਾਟ ਜਾਂਦੇ ਨੇ, ਉਹਨਾਂ ਨੂੰ ਆਪਾਂ ਤੋਪਾ ਲਾ ਕੇ ਉਹਨੂੰ ਗੰਢ ਕੇ ਬੜਾ ਵਧੀਆ ਬਣਾਈਏ, ਕਿੰਨਾ ਵੀ ਵਧੀਆ ਬਣਾ ਦਈਏ, ਉਹ ਪਹਿਲੇ ਵਰਗਾ ਤਾਂ ਨਹੀਂ ਨਾ ਬਣਦਾ। ਇਸੇ ਤਰ੍ਹਾਂ ਪੇਟ ਪਹਿਲੇ ਵਰਗਾ ਨਹੀਂ ਹੋ ਸਕਦਾ। ਇਸ ਕਰਕੇ ਆਪਾਂ ਨੂੰ ਇਹ ਸੋਚਣ ਦੀ ਲੋੜ ਹੈਗੀ ਹੈ ਕਿ ਅਸੀਂ ਆਪਣੀ ਧੀ ਨੂੰ ਦੁਖੀ ਕਰਨਾ ਕਿ ਸੁਖੀ ਕਰਨਾ, ਅਤੇ ਸਹੁਰਿਆਂ ਨੇ ਵੀ ਆਪਣੀ ਨੂੰਹ ਨੂੰ ਦੁਖੀ ਕਰਨਾ ਕਿ ਸਾਰੀ ਉਮਰ ਹੀ ਵੱਡਾ ਆਪਰੇਸ਼ਨ ਹੋਇਆ ਕਰਕੇ ਉਹਦਾ ਪੇਟ ਦੁਖਦਾ ਹੀ ਰਹੇ।
आप जी ने सुनिया होना कई बारी किते किते इस तरह का कुछ भी होया कि डॉक्टरां ने पेट का ऑपरेशन किया तो कैंची विच ही रह गई। सो मेरा सारी गल करन दा भाव यह है कि आपां अपनी नूह नूं अपनी इच्छावां पूरियां करन वास्ते दुखी क्यों करदे, उहनूं सुख क्यों नहीं देना चाहुंदे? क्योंकि असी विचारवान नहीं, असी मूर्खपुणा करदे हां। इस करके लड़की दे माता पिता नूं चाहीदा है कि लड़की दे माता पिता भी अपनी धी नूं ये सिक्ख्या देन कि आ सिक्ख्या तेरे वास्ते है, पर इहदी एक सीमा है। जदों उस सीमा तो अगे गल लंघ जाए फिर तू चुप नहीं रहना, फिर तू सानू भी दसना ते अपने बचा लई सारे साधन वरतने ने। एक प्रमाण है छोटा जा मेरे सामने आया। एक लड़की उहने उहनूं जिवें मां प्यो ने सिक्ख्या दित्ती सी उसे तरह ही वचन मानदी रही। उहनां दे परिवार दे विच कोई कलेश हो गया। जदों उहनां दे परिवार च कलेश हो गया तां उधरों उहनां ने अपने मुंडे नूं वखरा करना सी मापिआं ने, फिर उह वखरा करना सी उधर उह समां आ गया लड़की दे घर बच्चा होण वाला सी। वड्डा ऑपरेशन हो के लड़की दे घर बच्चा होया ते बच्चा होए नूं 2-4 दिन होए सी, मापिआं ने उहनूं घरों वखरिआं करता कि जावे। ये नहीं कि वड्डा ऑपरेशन होया कुड़ी अजे चल फिर नहीं सकदी, पेट नरम है, उहनूं सांभणा सस ने घरों कढ दित्ता, जाओ भी आपे धक्के खाओ। इस तरह दा कुछ विहार भी सहुरे परिवार विच हुंदा। एहो जिहियां गल्लां साडियां धीआं मापिआं नूं नहीं दसदियां कि एहो जे मौके ते की करना है, उहनां नूं दसण दी लोड़ है, धीआं नूं भी दसण दी लोड़ है ते मापिआं नूं भी कहना है कि भई जदों ऐसे हालात ने ते तूं दसणा है सानूं, असीं नाल हां तेरे। सो इस करके बच्चा कोशिश करो कि कुदरती रूप विच अपने आप बच्चा पैदा होवे, जिन्हों अजकल कहिंदे ने नॉर्मल डिलीवरी होवे, वो पेट पाड़ के वड्डा ऑपरेशन छोटा ऑपरेशन ऐसा कुछ ना करना पवे। कोई ऐसे दे हालात हुंदे ने बच्चा बीमार हो गया जां मां दे बचन दे कोई संभावना नहीं, उस मौके ते ठीक हैगा, पर आम तौर ते बच्चा अपने आप ही होना चाहिदा। जे साडियां लड़कियां योग अभ्यास करदियां रहन अते वर्जिश करदियां रहन, अपने शरीर नूं करड़ा बना के रखन, भोजन चंगा खान, पीजे बर्गर तत्ते कुत्ते ते समोसे समासे इहो जिहियां गलत पदार्थां तों बच के रहन, तां उहनां नूं बच्चा अपने आप ही कुदरती तरीके नाल होवेगा अते उहदे विच वड्डे ऑपरेशन दी लोड़ ही नहीं पवेगी। सो साडी धी दे सुखी वसण वास्ते उहनूं मैं कल परसों भी कहा सी कि चालां चलण दी लोड़ है। चाल चलण दा मतलब अगले दा घर उजाड़ना नहीं, जां अपना घर जिथे पति ना वसदी ओह उजाड़ना नहीं, चाल चल के घर वसाउणा है। अते जे कोई सानू तंग करदा तां फिर उहनूं रोकणा है, जे लोड़ पवे तां सबक भी सिखाउणा, कोई गलत गल नहीं हैगी। सो इस करके चालां चलण नूं आपां सारे ही माड़ा समझदे हां, पर आपां ये नहीं प्रवान करदे कि चालां चलण वाले कामयाब ने, जिहड़े नहीं चलदे भोले वो असफल हैगे ने, वो कामयाब नहीं हो सकदे। साडे परिवार दे विच कोई एक जी चलाक होवे ना, वो सारिआं दी भंभीरी वांगू घुमाई फिरदा, किसे नूं कुछ किसे नूं कुछ, किसे नूं लड़ाता किसे नूं उधर जाणा आ करना उह करना। चालां नाल माड़े काम भी कीते जा सकदे ने ते चंगे भी कीते जा सकदे ने। इस करके चालां चलण दी जांच होणी चाहीदी है। मेरा पूरा हुक्म मन्निआ, मेरा पूरा कुट खाद्या कोई नहीं जीउण दिंदा। सो मेरिया इन्हां बेनतियां ते उचेचा ध्यान दिओ कि चाल चलण दा अर्थ की है। चालां बड़ी तरह दियां ने। आप जी ने ये गल तां आम ही सुनी होनी है कि नूहां नूं तंग करन वास्ते सस्सां ते ननाणां ओह मुंडे दे कन्न भरदियां ने, ते मुंडे नूं भी हुंदा वी मेरी माँ मेरी भैणे ते झूठ बोल ही नहीं सकदे, एडा वड्डा विश्वास हुंदा उहनां नूं। ओह कन्न भर के तां उहनां नूं लड़ा दिंदियां, कईयां दे तां मुड़ के दूजे विआह कर लैंदियां ने, कईयां दा दूजा विआह मुड़ के हुंदा ही नहीं। पर इक आपां पहिलों उहनूं ईरखा रहित लड़ा जरूर देणा, अपनी नूंह नूं जरूर कढणा, इहो जिहे सुभाव भी हैगे ने। कईयां नूं सस्सां नूं तां इन्नी बड़ी तकलीफ हुंदी है वी हां, अगे मेरा पुत्तर मेरे कोल सौंदा सी ते हुण घरवाली दे कोल जा के क्यों सौण लग पिया, उहदे कमरे च क्यों चला गया। मेरे सामने ऐसियां गल्लां आईयां ने, इक पति पत्नी दी आपस विच दूरी बड़ी वध गई ते मैं मुंडे नूं पुछिआ ਤੇ ਦੱਸ ਕਾਕਾ ਉਹਦੇ ਚ ਕੀ ਗਲਤੀ ਹੈ ਕਿਵੇਂ ਕੋਈ ਗੱਲ। ਮੁੰਡਾ ਬੋਲਿਆ ਨਹੀਂ, ਉਹਦੀ ਮਾਂ ਆਂਦੀ ਹੈ ਜੀ ਇਹ ਉਹਨੂੰ ਸਾਡੀ ਮੁੰਡੇ ਨੂੰ ਲੈ ਕੇ ਆਪਣੇ ਕਮਰੇ ਚੜ ਜਾਂਦੀ ਸੀ। ਇਹ ਐਸੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਵਾਸਤੇ ਸਾਨੂੰ ਆਪਣੀ ਧੀ ਨੂੰ ਸਮਝਾਉਣਾ ਚਾਹੀਦਾ ਕਿ ਐਸਾ ਕੁਛ ਵੀ ਹੋ ਸਕਦਾ ਹੈ, ਅਤੇ ਸੱਸ ਨੂੰ ਵੀ
ਸਾਰੀਆਂ ਧੀਆਂ ਭੈਣਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਪੁੱਤਰ ਵਿਆਹੁਣੇ ਨੇ, ਕਿ ਤੁਹਾਡੇ ਪੁੱਤਰ ਨੇ ਰੋਟੀ ਜਦੋਂ ਘਰ ਵਾਲੀ ਆ ਗਈ ਉਹਦੇ ਹੱਥੋਂ ਖਾਣੀ ਹੈ, ਉਹਦੇ ਕਮਰੇ 'ਚ ਸੌਣਾ, ਇਹ ਜਰਨਾ ਪੈਣਾ ਆਪਾਂ ਨੂੰ। ਕਈ ਵਾਰੀ ਅਚੇਤ ਮਨ ਦੇ ਵਿੱਚ ਜਦੋਂ ਈਰਖਾ ਆਉਂਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਈਰਖਾ ਕਰੀ ਜਾਂਦੇ ਹਾਂ। ਸੋ ਐਸਾ ਕੁਛ ਹੋਣਾ, ਇਸ ਕਰਕੇ ਐਸੀਆਂ ਗੱਲਾਂ ਤੋਂ ਸੰਭਲ ਕੇ ਚੱਲਣ ਦੀ ਲੋੜ ਹੈ, ਤਾਂ ਕਿ ਤੁਹਾਡਾ ਪੁੱਤਰ ਨੂੰ ਪਰਿਵਾਰ ਸਾਰਾ ਸੁਖੀ ਵਸੇ। ਅਤੇ ਸਾਡਾ ਪਰਿਵਾਰ ਵੱਡਾ ਪਰਿਵਾਰ ਵਧੀਆ ਹੁੰਦਾ, ਸੰਯੁਕਤ ਪਰਿਵਾਰ ਜਿਹਨੂੰ ਕਹਿੰਦੇ ਨੇ ਇੰਗਲਿਸ਼ ਵਾਲੇ ਜੁਆਇੰਟ ਫੈਮਿਲੀ ਕਹਿੰਦੇ ਨੇ, ਉਹ ਹੋਣਾ ਚਾਹੀਦਾ। ਜਿੱਡਾ ਵੱਡਾ ਪਰਿਵਾਰ ਹੋਵੇ ਓਨਾ ਹੀ ਖਰਚੇ ਘੱਟ ਅਤੇ ਸੁਖ ਪੂਰਵਕ ਹੁੰਦਾ, ਔਰ ਲੋਕ ਡਰਦੇ ਵੀ ਨੇ ਉਹਦੇ ਤੋਂ। ਉਹਦੇ ਵਿੱਚ ਵੱਡਿਆਂ ਬਜ਼ੁਰਗਾਂ ਦਾ ਬਹੁਤ ਵੱਡਾ ਹੱਥ ਹੈ ਉਹਨੂੰ ਜੋੜ ਕੇ ਰੱਖਣ ਦਾ। ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਕਿ ਅਸੀਂ ਇਕੱਠੇ ਕਿਵੇਂ ਰਹਿਣਾ, ਅਤੇ ਦੂਸਰਾ ਮਾਪੇ ਬੱਚਿਆਂ ਨੂੰ ਬਹੁਤੀ ਨੋਕਾ ਟੋਕੀ ਨਾ ਕਰਨ, ਗਾਲਾਂ ਨਾ ਕੱਢਣ, ਤਾਂ ਕਿ ਬੱਚੇ ਮਾਤਾ ਪਿਤਾ ਦੇ ਨਾਲ ਰਹਿ ਸਕਣ, ਸੇਵਾ ਕਰ ਸਕਣ। ਇਹ ਇੰਨੀਆਂ ਕੁ ਬੇਨਤੀਆਂ ਦਾ ਧਿਆਨ ਕਰੋ, ਇਹਨਾਂ ਤੇ ਕੁਛ ਵਿਚਾਰ ਕਰੋ ਕਿ ਮੇਰੀਆਂ ਬੇਨਤੀਆਂ ਆਪ ਜੀ ਨੂੰ ਠੀਕ ਵੀ ਲੱਗਦੀਆਂ ਨੇ ਕਿ ਨਹੀਂ ਲੱਗਦੀਆਂ। ਜੇ ਠੀਕ ਲੱਗਦੀਆਂ ਨੇ ਤਾਂ ਇਹਨਾਂ ਨੂੰ ਅਪਣਾਓ, ਜੇ ਨਹੀਂ ਠੀਕ ਲੱਗਦੀਆਂ ਤਾਂ ਮੈਨੂੰ ਦੱਸੋ, ਮੈਂ ਆਪਣੀ ਗੱਲ ਬਦਲ ਕੇ ਸੁਧਾਰ ਕਰਨ ਨੂੰ ਤਿਆਰ। ਸੋ ਸਾਧ ਸੰਗਤ ਜੀ, ਪੇਕੇ ਵਾਲਿਆਂ ਨੂੰ, ਕੁੜੀਆਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਆਪਣੀਆਂ ਧੀਆਂ ਨੂੰ ਬਹੁਤ ਚੰਗੀ ਸਿੱਖਿਆ ਦਿਓ, ਰੋਟੀ ਦੇ ਸਿਰ ਕਰਕੇ ਵਿਆਹੋ, ਐਵੇਂ ਨਾ ਧੱਕਾ ਦਿਓ। ਅਤੇ ਸਹੁਰਿਆਂ ਨੂੰ ਬੇਨਤੀ ਹੈ ਕਿ ਆਪਣੀ ਨੂੰਹ ਨੂੰ ਸੁਖੀ ਰੱਖੋ, ਉਹਦੇ ਵਿੱਚ ਵੀ ਮਾਣ ਹੈ, ਉਹਨੂੰ ਦੁੱਖ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਵੀ ਮੈਂ ਵੇਖਿਆ ਕਿ ਇੱਕ ਸਹੁਰੇ ਪਰਿਵਾਰ, ਇੱਕ ਪਰਿਵਾਰ 'ਚ ਕੁੜੀ ਇੱਕ ਆਈ ਤੇ ਉਹਨੇ ਆਪਣੇ ਮਾਪਿਆਂ ਨਾਲ ਗੱਲ ਕਰਨੀ ਹੈ, ਤੇ ਉਹਦੇ ਸਹੁਰੇ ਆਖਣ ਹਾਂ ਹਾਂ ਤੂੰ ਸਾਡੇ ਸਾਹਮਣੇ ਗੱਲ ਕਰ। ਧੀ ਨੇ ਗੱਲ ਕਰਨੀ ਆਪਣੇ ਮਾਂ ਪਿਓ ਨਾਲ, ਸੌ ਦੁੱਖ ਸੁੱਖ ਹੁੰਦਾ ਜਾਂ ਕੋਈ ਵੀ ਗੱਲ ਕਰਨੀ, ਕਿਉਂ ਤੁਹਾਡੇ ਸਾਹਮਣੇ ਕਰੇ, ਏਡੀ ਕੀ ਤਕਲੀਫ ਹੈ ਤੁਹਾਨੂੰ। ਸੋ ਐਸੇ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ, ਪਰ ਇਹ ਅਸੀਂ ਐਸੇ ਕੰਮ ਤਾਂ ਹੁੰਦੇ ਨੇ ਕਿਉਂਕਿ ਆਪਾਂ ਵਿਚਾਰ ਰਹਿ ਤਾਂ, ਜੇ ਆਪਾਂ ਵਿਚਾਰਵਾਨ ਬਣੀਏ, ਵਿਵੇਕ ਬੁੱਧੀ ਦੀ ਵਰਤੋਂ ਕਰੀਏ, ਤਾਂ ਸਾਡੇ ਪਰਿਵਾਰ ਸੁਖੀ ਹੋ ਸਕਦੇ ਨੇ, ਕਲੇਸ਼ ਮੁੱਕ ਸਕਦੇ ਨੇ। ਸੋ ਇਸ ਕਰਕੇ ਸਾਧ ਸੰਗਤ ਜੀ, ਵਿਚਾਰਵਾਨ ਬਣੋ ਅਤੇ ਆਪਣੇ ਪਰਿਵਾਰਾਂ ਨੂੰ ਸੁਖੀ ਕਰੋ। ਆਪਾਂ ਗੁਰੂ ਵਾਲੇ ਹਾਂ, ਗੁਰੂ ਵਾਲੇ ਹੋਣ ਦਾ ਸੱਚਾ ਪ੍ਰਤੱਖ ਪ੍ਰਮਾਣ ਤਾਂ ਹੀ ਹੈ ਕਿ ਕਲ ਕਲੇਸ਼ ਮਿਟਾਏ ਸਤਿਗੁਰ। ਆਪਾਂ ਵੀ ਆਪਣੇ ਪਰਿਵਾਰਾਂ ਚੋਂ ਕਲੇਸ਼ ਮਿਟਾਈਏ। ਸਾਰੇ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ।